ਜੀ, ਸਵਾਗਤ ਹੈ ਤੁਹਾਡਾ ਨਵੀਂ ਵੀਡੀਓ 'ਚ। ਜਿਹੜੀ ਮੇਰੇ ਬੈਕ ਸਾਈਡ ਤੁਸੀਂ ਦੇਖ ਰਹੇ ਹੋ, ਸਰਾਂ ਬਣੀ ਵੀ ਹੈ, ਕਿੰਨਾ ਟਾਈਮ ਪੁਰਾਣੀ ਆ। ਸਰਾਏ ਅਮਾਨਤ ਖਾਨ ਦੀ ਜਿਹੜੀ ਪੁਰਾਣੀ ਸਰਾਂ ਇਹ, ਜਦੋਂ ਪੁਰਾਣੇ ਟਾਈਮਾਂ ਦੇ ਵਿੱਚ ਦਿੱਲੀ ਤੋਂ ਲਾਹੌਰ ਵੱਲ ਰਾਹਗੀਰਾਂ ਵਾਸਤੇ ਜਾਣ ਵਾਸਤੇ, ਉਹਨਾਂ ਦੇ ਆਰਾਮ ਕਰਨ ਵਾਸਤੇ ਇਹ ਸਰਾਂ ਬਣੀ ਹੋਈ ਸੀ। ਕਿੰਨਾ ਟਾਈਮ ਪੁਰਾਣੀ ਆ, ਕੀ ਇਤਿਹਾਸ ਇਹਦਾ, ਸਾਰੀ ਸਰਾਂ ਦਾ ਆਪਾਂ ਅੱਜ ਕਰਾਂਗੇ ਗੱਲਬਾਤ ਇਸ ਵੀਡੀਓ ਦੇ ਉੱਤੇ। ਅਤੇ ਬਣੇ ਰਹੋ ਤੁਸੀਂ ਮੇਰੇ ਨਾਲ, ਤੁਹਾਡਾ ਸਵਾਗਤ ਹੈ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ 'ਤੇ। ਆ ਜਾਓ। ਚਾਰ ਸੌ ਸਾਲ ਪੁਰਾਣੇ ਸਰਾਂ, ਦਰਸ਼ਕੋ, ਉਹਨਾਂ ਵੇਲਿਆਂ ਦੀ ਸਰਾਂ, ਸ਼ਾਹਜਹਾਂ ਦਾ ਜਦੋਂ ਦਿੱਲੀ ਦੇ ਵਿੱਚ ਰਾਜ ਸੀ। ਆ ਜਾਓ ਕਰਦੇ ਹਾਂ ਗੱਲਬਾਤ ਇਸ ਸਰਾਂ ਬਾਰੇ। ਅਮਾਨਤ ਖਾਨ ਦੀ 400 ਸਾਲ ਪੁਰਾਣੀ ਸਰਾਂ, ਇਹ ਸਰਾਂ ਦਰਸ਼ਕੋ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਪਿੰਡ ਸਰਾਏ ਅਮਾਨਤ ਖਾਨ ਦੇ ਵਿੱਚ ਬਣੀ ਹੋਈ ਹੈ। ਤਰਨ ਤਾਰਨ ਤੋਂ 25 ਕਿਲੋਮੀਟਰ ਦੀ ਦੂਰੀ 'ਤੇ ਅਟਾਰੀ ਰੋਡ 'ਤੇ ਪੈਂਦਾ ਸਰਾਏ ਅਮਾਨਤ ਖਾਨ, ਅਤੇ ਅਟਾਰੀ ਤੋਂ ਲਗਭਗ 16 ਕਿਲੋਮੀਟਰ ਦੀ ਦੂਰੀ 'ਤੇ ਹੈ ਇਹ। ਅਤੇ ਦੋਸਤੋ, ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਉਂਦੇ ਹੋ ਨਾ, ਜੇਕਰ ਤੁਸੀਂ ਸਾਈਡ 'ਤੇ ਜਾਣ ਬਾਰੇ ਸੋਚ ਰਹੇ ਹੋ ਵੀ ਅੰਮ੍ਰਿਤਸਰ ਦੇ ਸਾਈਡ 'ਤੇ ਹੋਰ ਕੀ ਦੇਖਿਆ ਜਾਵੇ, ਤਾਂ ਮੈਂ ਤੁਹਾਨੂੰ ਕਹਿਣਾ ਵੀ ਇੱਕ ਵਾਰੀ ਤੁਸੀਂ ਸਰਾਏ ਅਮਾਨਤ ਖਾਨ ਜ਼ਰੂਰ ਆਓ। ਇਹ ਅੰਮ੍ਰਿਤਸਰ ਸਾਹਿਬ ਤੋਂ 40 ਕਿਲੋਮੀਟਰ ਦੀ ਦੂਰੀ 'ਤੇ ਪੈਂਦਾ। ਇਹ ਜਿਹੜੀ ਸਰਾਂ ਤੁਸੀਂ ਵੇਖ ਰਹੇ ਹੋ ਨਾ ਦਰਸ਼ਕੋ, ਇਹ ਲਾਹੌਰ ਤੋਂ ਦਿੱਲੀ ਦੇ ਰਸਤੇ ਵਿੱਚ ਪੈਂਦੀ ਸੀ ਉਹਨਾਂ ਵੇਲਿਆਂ ਦੇ ਵਿੱਚ, ਅਤੇ ਆਉਂਦੇ ਜਾਂਦੇ ਰਾਹੀਆਂ ਦੇ ਠਹਿਰਨ ਦੀ ਜਗ੍ਹਾ ਸੀ। ਸਰਾਂ ਦਾ ਮਤਲਬ ਵੀ ਇਹ ਹੁੰਦਾ ਕਿ ਠਹਿਰਨ ਦੀ ਥਾਂ। ਸਰਾਂ ਦੇ ਦੋ ਗੇਟ ਬਣੇ ਹੋਏ ਆ, ਇੱਕ ਪਾਸੇ ਲਾਹੌਰੀ ਗੇਟ ਹੈ ਅਤੇ ਦੂਸਰੀ ਸਾਈਡ ਹੈਗਾ ਦਿੱਲੀ ਗੇਟ। ਇਹ ਆ ਦਰਸ਼ਕੋ ਯਾਤਰੀਆਂ ਦੇ ਲਈ ਪੁਰਾਣੇ ਟਾਈਮ ਦੇ ਬਣੇ ਕਮਰੇ, ਅਤੇ ਥੋੜ੍ਹੀ ਥੋੜ੍ਹੀ ਦੂਰੀ 'ਤੇ ਆਹਮੋ ਸਾਹਮਣੇ ਦੋ ਗੇਟ ਬਣੇ ਹੋਏ ਆ। ਦੋਨੋਂ ਗੇਟਾਂ ਦੇ ਆਹਮੋ ਸਾਹਮਣੇ ਵਿਚਕਾਰ ਅਤੇ ਵਿੱਚ ਬਣੀ ਹੋਈ ਹੈ ਇੱਕ ਖੂਬਸੂਰਤ ਮਸਜਿਦ। ਕਿਸੇ ਟਾਈਮ ਇੱਥੇ ਇਬਾਦਤ ਹੁੰਦੀ ਹੋਣੀ ਹੈ, ਨਮਾਜ਼ ਪੜ੍ਹੀ ਜਾਂਦੀ ਹੋਵੇਗੀ, ਆਉਂਦੇ ਜਾਂਦੇ ਰਾਹੀ ਇੱਥੇ ਸਜਦਾ ਕਰਕੇ ਅੱਗੇ ਚਾਲੇ ਪਾਉਂਦੇ ਹੋਣਗੇ। ਦਰਸ਼ਕ ਇੱਕ ਗੱਲ ਹੋਰ ਹੈ, ਆਹ ਜਿਹੜੇ ਅੱਖਰ ਲਿਖੇ ਹੋਏ ਤੁਸੀਂ ਵੇਖ ਰਹੇ ਹੋ ਨਾ, ਇਹ ਮਾਰਵਲ ਦੇ ਅੱਖਰ ਤਰਾਸ ਕੇ ਕੰਧ ਦੇ ਵਿੱਚ ਫਿੱਟ ਕਰਕੇ ਉਹਨਾਂ ਦੇ ਉੱਪਰ ਨੀਲਾ ਰੰਗ ਕੀਤਾ ਹੋਇਆ।
ਸ਼ਾਇਦ ਤੁਹਾਨੂੰ ਕੈਮਰੇ ਦੇ ਵਿੱਚ ਨਾ ਦਿਖਾਈ ਦਿੰਦੇ ਹੋਣ। ਇਹ ਸੀ ਸਰਾਂ ਸਰਾਏ ਅਮਾਨਤ ਖਾਨ। ਵੀਡੀਓ ਕਿੱਦਾਂ ਦੀ ਲੱਗੀ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।